ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਰਹੇ ਹਾਂ ਐਕਸਯੂਵੀ ਦੇ ਵਿੱਚ ਤੇ ਇਹਦੀ ਫਿਟਿੰਗ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਕਰਨੀ ਹੈ ਆਪਾਂ ਤੇ ਚੈੱਕ ਕਰਿਓ ਹੈ ਬਾਕੀ ਸ਼ੇਅਰ ਸ਼ੂਅਰ ਕਰ ਦਿਆ ਕਰੋ ਵੀਡੀਓ ਕਮੈਂਟ ਕਰ ਦਿਆ ਕਰੋ ਵਧੀਆ ਵਧੀਆ ਤੇ ਰੇਟ ਨਾ ਇੰਸਟਾਗ੍ਰਾਮ ਤੇ ਪੁੱਛ ਲਿਆ ਕਰੋ ਮੈਂ ਹਰ ਵੀਡੀਓ 'ਚ ਇਹੀ ਕਹਿੰਦਾ ਤੇ ਬਾਕੀ ਮੈਂ ਨੰਬਰ ਥੱਲੇ ਦੇ ਦਾਂਗਾ ਆਪਣਾ ਵੀਡੀਓ ਦੇ ਤੇ ਚੈੱਕ ਕਰ ਲਿਆ ਕਰੋ ਠੀਕ ਹੈ ਉੱਤੇ ਕੋਲ ਕਰ ਲਿਆ ਕਰੋ ਜੋ ਵੀ ਚੀਜ਼ ਚਾਹੀਦੀ ਹੋਮ ਡਿਲੀਵਰੀ ਵੀ ਕਰੀ ਦੀ ਆਪਾਂ ਆ ਜੇ ਐਕਸਯੂਵੀ ਗੱਡੀ ਇਹਦੇ ਵਿੱਚ ਆਪਾਂ ਕਰਨੀ ਹੈ ਐਂਡਰੋਇਡ ਫਿੱਟ ਤੇ ਆਹ ਆਪਾਂ ਖੇਡਤੀ ਆ ਜਿਹੜੀ ਚੀਜ਼ ਇਹਦੀ ਤੇ ਉਹ ਖੋਲਣੇ ਨਟ ਆਪਾਂ ਤੇ ਹੁਣ ਆ ਫਿਰ ਪਲੇਅਰ ਵੀ ਕੱਢਣਾ ਆਪਾਂ ਇਹਦਾ ਵੀ ਤੁਹਾਨੂੰ ਦਿਖਾਉਣਾ ਨਾਲ ਨਾਲ ਹੀ ਕਰੋ ਚੈੱਕ ਆ ਕੱਢ ਕਰਨ ਇਹਨੂੰ ਬਾਹਰ ਤੇ ਆਪਣਾ ਆ ਵੀ ਪੱਟ ਲਾ ਤਾਂ ਰੁਕ ਜਾ ਚਲੋ ਮੈਂ ਦਿਖਾਉਣਾ ਤੁਹਾਨੂੰ ਸਾਰਾ ਹੀ ਲਓ ਜੀ ਕਰੋ ਚੈੱਕ ਇੱਕ ਲੇਅਰ ਤਾਂ ਆਪਾਂ ਖੇਡਤੀ ਜੇ ਤੇ ਆ ਦੂਜੀ ਇੱਥੇ ਨਟ ਹੁੰਦੇ ਦੋ ਉਹ ਵੀ ਖੋਲ ਲਿਆ ਕਰੋ ਉਹ ਥੱਲੇ ਆਵੇ ਪੇ ਕਸ ਨੂੰ ਖੁੱਲ ਜਾਣੇ ਆਵੇ ਆ ਗਿਆ ਬਾਹਰ ਸਾਰਾ ਕੁਛ ਆ ਲਓ ਚੈੱਕ ਕਰ ਲਓ ਆ ਵੀ ਲਓ ਹੁਣ ਇਹਨੂੰ ਮੈਂ ਹੱਥ ਲਾ ਕੇ ਤੇ ਫਿਰ ਮੈਂ ਤੁਹਾਨੂੰ ਤੁਹਾਡੇ ਨਾਲ ਕਰਦਾ ਗੱਲ ਲਓ ਜੀ ਕਰੋ ਚੈੱਕ ਫਰੇਮ ਆਪਾਂ ਖੇਡਤਾ ਜੇ ਅਤੇ ਹੁਣ ਆ ਗਈ ਜੇ ਐਂਡਰੋਇਡ ਦੀ ਵਾਰੀ ਉਹ ਵੀ ਆਪਾਂ ਕਰਦੇ ਹਾਂ ਫਿਟਿੰਗ ਅਤੇ ਫਿਰ ਆ ਮੈਂ ਤੁਹਾਨੂੰ ਦਿਖਾਉਣਾ ਨਾਲ ਨਾਲ ਫਿਟਿੰਗ ਦਾ ਕੰਮ ਆਹ ਤਾਂ ਹੋ ਗਿਆ ਜੇ ਖੇਡਣ ਵਾਲਾ ਕੰਮ ਲਓ ਜੀ ਕਰੋ ਚੈੱਕ ਬੈਕ ਕੈਮਰੇ ਦੀ ਲੀਡ ਵੀ ਲੱਭ ਗਈ ਪਹਿਲਾਂ ਡਿਸਪਲੇ ਲੱਗੀ ਹੋਈ ਸੀ ਇੱਥੇ ਬੜੀ ਛੋਟੀ ਹੁੰਦੀ ਆ ਅਤੇ ਹੁਣ ਆਪਾਂ ਇਹਨੂੰ ਉਹਦੇ ਨਾਲ ਕਨੈਕਟ ਕਰਨਾ ਆ ਮੈਂ ਖੇਡਣ ਲੱਗਾ ਹਾਂ ਅਤੇ ਲੀਡ ਕੱਢ ਕੇ ਉੱਥੋਂ ਤੱਕ ਲਿਆਉਣੀ ਆ ਅਤੇ ਬਾਕੀ ਫਰੇਮ 'ਚ ਥੋੜ੍ਹੀ ਜਿਹੀ ਦਿੱਕਤ ਵਾ ਅਤੇ ਉਹ ਆਪਾਂ ਕੱਢਣੀ ਆ ਦਿੱਕਤ ਫਰੇਮ ਦਾ ਚੱਕਰ ਆ ਆ ਕਿ ਆਹ ਵੇਖੋ ਫਰਕ ਆਉਣ ਦਿਆ ਏ ਫਰੇਮ ਦੇ ਵਿੱਚ ਥੋੜ੍ਹਾ ਜਿਹਾ ਅਤੇ ਫਰੇਮ ਦਾ ਫਰਕ ਆਪਾਂ ਕੱਢਣਾ ਆ ਥੋੜ੍ਹਾ ਜਿਹਾ ਇਹ ਵੇਖੋ ਕਿਹੜੇ ਤਰੀਕੇ ਨਾਲ ਕੱਢਦੇ ਹਾਂ ਆਪਾਂ ਫਿਰ ਮੈਂ ਤੁਹਾਨੂੰ ਦੱਸੂੰਗਾ ਕਿੱਦਾਂ ਕੱਢਿਆ ਠੀਕ ਹੈ ਅਤੇ ਆਹ ਦੂਜਾ ਗੱਡੀ ਦਾ ਫਰੇਮ ਹੁਣ ਚੇਂਜ ਕਰਕੇ ਇਹਦੇ ਵਿੱਚ ਲਾਉਣ ਲੱਗੇ ਆਪਾਂ ਜਗਾੜ ਅਤੇ ਵੇਖਦੇ ਹਾਂ ਕੈਮਰਾ ਲੱਗਾ ਔਲਰੇਡੀ ਮੈਂ ਤਾਂ ਵੈਸੇ ਕੈਮਰੇ ਕੱਢ ਲਏ ਸੀ ਕਿ ਚੱਲ ਜੇ ਨਹੀਂ ਲੱਗਾ ਤਾਂ ਭਾਅ ਜੀ ਉੱਥੇ ਲਾ ਦਿੰਦੇ ਕੈਮਰਾ ਠੀਕ ਹੈ ਅਤੇ ਆਹ ਫਰੇਮ ਹੈ ਇਹਦਾ ਅਤੇ ਹੁਣ ਆਪਾਂ ਕਰੀਏ ਫਿਟਿੰਗ ਲਓ ਜੀ ਕਰੋ ਚੈੱਕ ਕੈਮਰੇ ਦੀ ਤਾਰ ਆਪਾਂ ਲੰਮੀ ਕਰ ਲਈ ਛੋਟੀ ਸੀ ਵਿੱਚ ਤਾਰ ਪਾ ਕੇ ਅਤੇ ਹੁਣ ਉੱਥੋਂ ਤੱਕ ਲੈ ਜਾਈਏ ਖਿੱਚ ਕੇ ਲਓ ਜੀ ਕਰੋ ਚੈੱਕ ਐਂਡਰੋਇਡ ਫਿੱਟ ਹੋ ਗਈ ਜੇ ਅਤੇ ਬਾਕੀ ਖੱਜਲ ਖੁਆਰੀ ਬੜੀ ਕਰਨੀ ਪਈ ਅਤੇ ਆਹ ਜਿਹੜੀ ਚੀਜ਼ ਇਹਦੀ ਕੱਟ ਕੇ ਲਾਉਣੀ ਪਈ ਆ ਫਰਕ ਦੀਦਾ ਨਾ ਥੋੜ੍ਹਾ ਜਿਹਾ ਚੱਲ ਇੰਨਾ ਨਹੀਂ ਦੀਦਾ ਅਤੇ ਫਿਟਿੰਗ ਬੜੀ ਔਖੀ ਹੋਈ ਇਹਦੀ ਕਿਉਂਕਿ ਫਰੇਮ 'ਚ ਥੋੜ੍ਹਾ ਜਿਹਾ ਫਰਕ ਆਉਣ ਡਿਆ ਸੀ ਅਤੇ ਇਹਦਾ ਕਰਕੇ ਇਹਦੀ ਕਟਿੰਗ ਕਰਨੀ ਪਈ ਆ ਆਪਾਂ ਨੂੰ ਅਤੇ ਬਾਕੀ ਫਿਟਿੰਗ ਹੋ ਗਈ ਜੇ ਅਤੇ ਕੁਆਲਿਟੀ ਚੈੱਕ ਕਰ ਲਓ ਆਹ ਆਪਣਾ ਵਲੌਗ ਚੱਲਣ ਡਿਆ ਵਿੱਚ ਮੇਰੇ ਭਰਾ ਸ਼ੇਅਰ ਕਰ ਦਿਆ ਕਰੋ ਅਤੇ ਬਾਕੀ ਰੇਟ ਨੰਬਰ 'ਤੇ ਪੁੱਛਿਆ ਕਰੋ ਕਮੈਂਟ ਉੱਦਾਂ ਕਰ ਦਿਆ ਕਰੋ ਨਾ ਜੀ ਤਾਂ ਠੀਕ ਹੈ ਜਿੱਦਾਂ ਵੀ ਤੁਹਾਨੂੰ ਲੱਗਦੀ ਹੈ ਉਹਦੇ ਹਿਸਾਬ ਨਾਲ ਦੱਸ ਦਿਆ ਕਰੋ ਠੀਕ ਹੈ ਜੀ ਅਤੇ ਆਹ ਆਪਣੀ ਨਹਿਰ 'ਤੇ ਪੁੱਲ ਬਣ ਡਿਆ ਕੁੱਪਰ ਵਾਲੀ 'ਤੇ ਠੀਕ ਹੈ ਜੀ ਨਹਿਰ ਬਹੁਤ ਘੈਂਟ ਬਣਾਉਂਦੀ ਹੈ ਬਾਕੀ ਤੁਹਾਨੂੰ ਬਾਕੀ ਤੁਹਾਨੂੰ ਖੋਲ੍ਹਣ ਦਾ ਸਾਰਾ ਕੁਛ ਦੱਸਤਾ ਸੀ ਕਿੱਦਾਂ ਖੋਲ੍ਹਣੀ ਆ ਉਹਦੇ ਹਿਸਾਬ ਨਾਲ ਫਿਟਿੰਗ ਹੋਣੀ ਆ ਕੋਈ ਚੱਕਰ ਨਹੀਂ ਐਡਾ ਅਤੇ ਬਸ 19 ਕਰਨੀ ਪੈਂਦੀ ਹੈ ਵਿੱਚ ਜਿੱਦਾਂ ਕਿ ਆਹ ਕੱਟਿਆ ਆਪਾਂ ਹੈ ਨਾ ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਮਤਲਬ ਜ਼ਿਆਦਾ ਫਰਕ ਤਾਂ ਪਤਾ ਨਹੀਂ ਲੱਗਦਾ ਉੱਦਾਂ ਵੇਖੀਏ ਤਾਂ ਕੋਈ ਐਡਾ ਖਾਸ ਨਹੀਂ ਫਰਕ ਲੱਗਦਾ ਅਤੇ ਕਰ ਲਿਆ ਕਰੋ ਜਿੱਦਾਂ ਵੀ ਸੈੱਟ ਹੁੰਦਾ ਸਭ ਕੁਛ ਠੀਕ ਹੈ ਜੀ ਲਓ ਜੀ ਕੰਮ ਕੰਪਲੀਟ ਅਤੇ ਆਪਣਾ ਹੁਣ ਮਿਊਜ਼ਿਕ ਤੁਹਾਨੂੰ ਇੱਥੇ ਸੁਣਾ ਦਿੰਦੇ ਹਾਂ ਓਰੀਜਨਲ ਮਿਊਜ਼ਿਕ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲ ਜੂਗਾ ਅਤੇ ਆਪਣਾ ਕਰਨਵੀਰ ਵੀ ਨਾਲ ਵਾ ਅਤੇ ਅੱਜ ਤਾਂ ਚਲੋ ਤੁਹਾਨੂੰ ਸੁਣਾ ਦਈਏ ਇਹਦਾ ਮਿਊਜ਼ਿਕ ਅਤੇ ਬਾਕੀ ਜਿਹੜਾ ਓਰੀਜਨਲ ਮਿਊਜ਼ਿਕ ਇੰਸਟਾਗ੍ਰਾਮ 'ਤੇ ਮਿਲ ਜੂਗਾ ਅਤੇ ਥੱਲੇ ਮੈਂ ਲਿੰਕ ਦੇ ਦਾਂਗਾ ਉਹਦਾ ਅਤੇ ਕਰ ਲਿਓ ਚੈੱਕ ਠੀਕ ਹੈ ਜੀ ਚੱਕਰ ਨਹੀਂ ਸ਼ੋਰਟਸ ਦੇ ਵਿੱਚ ਵੀ ਤੁਹਾਨੂੰ ਓਰੀਜਨਲ ਮਿਊਜ਼ਿਕ ਮਿਲ ਜੂਗਾ ਠੀਕ ਆ ਸ਼ੋਰਟਸ ਵੀ ਚੈੱਕ ਕਰ ਲਿਆ ਕਰੋ ਉਹਦੇ ਵਿੱਚ ਵੀ ਓਰੀਜਨਲ ਮਿਊਜ਼ਿਕ ਦੀਆਂ ਵੀਡੀਓ ਪਾਈ ਹੁੰਦੀ ਮੈਂ ਠੀਕ ਹੈ ਜੀ ਓਕੇ ਧੰਨਵਾਦ ਬਾਏ ਬਾਏ